ਟਰੈਵਲਿੰਗ ਬਨੀ ਦੇ ਨਵੇਂ ਵਲੌਗ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਇਸ ਟਾਈਮ ਅਸੀਂ ਹੈਗੇ ਹਾਂ ਚੰਡੀਗੜ੍ਹ ਏਅਰਪੋਰਟ ਅਤੇ ਅਸੀਂ ਚੱਲੇ ਹਾਂ ਇਸ ਟਾਈਮ ਦੁਬਈ। ਮੇਰਾ ਇਹ ਸੈਕਿੰਡ ਟਾਈਮ ਆ, ਮੈਂ ਲਾਸਟ ਟਾਈਮ ਗਿਆ ਸੀ 2018 ਦੇ ਵਿੱਚ ਅਤੇ ਤੁਸੀਂ ਹਜੇ ਫਸਟ ਟਾਈਮ ਗਏ ਹੋ। ਫਸਟ ਟਾਈਮ ਜਾ ਕੇ ਅਤੇ ਥਾਈਲੈਂਡ ਪਾਪਾ ਪਹਿਲਾਂ ਚਲੇ ਗਏ ਸੀਗੇ ਅਤੇ ਹੁਣ ਚੱਲੇ ਨੇ ਦੁਬਈ। ਤੁਹਾਡਾ ਸੈਕਿੰਡ ਕੰਟਰੀ ਆ ਨਾ ਸੈਕਿੰਡ? ਅਤੇ 2018 ਤੋਂ ਲੈ ਕੇ ਹੁਣ ਤੱਕ ਕਾਫੀ ਚੇਂਜਿਸ ਆ ਗਈਆਂ ਅਤੇ ਬੋਰਡਿੰਗ ਮੇਰੀ ਆਲਮੋਸਟ ਕੈਂਸਲ ਹੋ ਗਈ ਸੀ ਕਿਉਂਕਿ ਮੇਰੇ ਕੋਲ ਨਾ ਤਾਂ ਪ੍ਰਿੰਟਡ ਟਿਕਟ ਸੀ ਨਾ ਪ੍ਰਿੰਟਡ ਵੀਜ਼ਾ ਸੀਗਾ। ਫੋਨ ਦੇ ਵਿੱਚ ਹੀ ਸੀਗਾ ਮੇਰੇ ਕੋਲ ਈ ਵੀਜ਼ਾ ਅਤੇ ਈ ਟਿਕਟ, ਅਤੇ ਫਿਰ ਮੈਨੂੰ ਬੋਰਡਿੰਗ ਪਾਸ 'ਤੇ ਕੁਛ ਸਾਈਨ ਵਗੈਰਾ ਕਰਾਉਣੇ ਪਏ ਤਾਂ ਮੇਰੀ ਇਮੀਗ੍ਰੇਸ਼ਨ ਕਲੀਅਰ ਹੋਈ। ਤਾਂ ਮੇਕ ਸ਼ੋਰ ਕਰਿਓ ਜਦ ਵੀ ਤੁਸੀਂ ਚੰਡੀਗੜ੍ਹ ਏਅਰਪੋਰਟ ਆਉਂਦੇ ਹੋ ਤਾਂ ਪ੍ਰਿੰਟਡ ਟਿਕਟ ਅਤੇ ਪ੍ਰਿੰਟਡ ਵੀਜ਼ਾ ਹੋਣਾ ਚਾਹੀਦਾ। ਦਿੱਲੀ ਏਅਰਪੋਰਟ 'ਤੇ ਤਾਂ ਲੋੜ ਨਹੀਂ ਪੈਂਦੀ ਪਰ ਇੱਥੇ ਰੂਲਸ ਥੋੜ੍ਹੇ ਅਲੱਗ ਨੇ। ਅਤੇ ਹੁਣ ਅਸੀਂ ਆਪਣੇ ਗੇਟਸ ਕੋਲ ਆ ਗਏ ਹਾਂ ਤਾਂ ਅਰਾਊਂਡ 1 ਘੰਟੇ ਤੱਕ ਸਾਡੀ ਫਲਾਈਟ ਚੱਲੇਗੀ। ਅਤੇ ਹੁਣ ਮਿਲਦੇ ਹਾਂ ਤੁਹਾਨੂੰ ਏਅਰਲਾਈਨ ਦੇ ਵਿੱਚ ਅਤੇ ਦਿਖਾਉਂਦੇ ਹਾਂ ਕਿੱਦਾਂ ਦਾ ਦੁਬਈ ਹੈ। ਅਤੇ ਆਉਣ ਵਾਲੇ ਵਲੌਗ ਦੇ ਵਿੱਚ ਦੁਬਈ ਸੀਰੀਜ਼ ਦੇ ਵਿੱਚ ਤੁਹਾਨੂੰ ਸਾਰੀਆਂ ਇੰਟਰਸਟਿੰਗ ਪਲੇਸ ਦਿਖਾਵਾਂਗੇ ਜੋ ਟੂਰਿਸਟ ਡੈਸਟੀਨੇਸ਼ਨ ਹੋਣਗੀਆਂ। ਅਤੇ ਹੁਣ ਮਿਲਦੇ ਹਾਂ ਤੁਹਾਨੂੰ ਆਪਣਾ ਬੋਰਡਿੰਗ ਕਰਕੇ। बाहर निकल रहे हैं तो रक्षा जैकेट में हवा बाहर निकलने के बाद ही भरें। अगर विमान में स्लाइड ਘੰਟੇ 45 ਮਿੰਟ ਦੀ ਫਲਾਈਟ ਤੋਂ ਬਾਅਦ ਹੁਣ ਮੈਂ ਪਹੁੰਚਿਆ ਦੁਬਈ। ਅਤੇ ਪਿੱਛੇ ਹੈਗਾ ਇਹ ਦੁਬਈ ਇਮੀਗ੍ਰੇਸ਼ਨ। ਅਤੇ ਹੁਣ ਕਰਦੇ ਹਾਂ ਇਮੀਗ੍ਰੇਸ਼ਨ ਕਲੀਅਰ ਅਤੇ ਉਸ ਤੋਂ ਬਾਅਦ ਚੱਕਦੇ ਹਾਂ ਬੈਗ ਅਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਹੋਟਲ 'ਤੇ ਲੈ ਕੇ ਜਾਊਂਗਾ। ਅਤੇ ਇਹ ਵਲੌਗ ਦੇ ਐਂਡ ਦੇ ਵਿੱਚ ਮੈਂ ਤੁਹਾਨੂੰ ਦੱਸੂੰਗਾ ਕਿੰਨਾ ਮੈਂ ਹੋਟਲ 'ਤੇ ਪੇ ਕੀਤਾ ਅਤੇ ਕਿੰਨਾ ਖਰਚਾ ਸੀਗਾ ਫਲਾਈਟਸ ਦਾ ਅਤੇ ਵੀਜ਼ਾ ਵਗੈਰਾ ਲਗਾ ਕੇ ਟੋਟਲ ਟ੍ਰਿਪ ਮੈਨੂੰ ਕਿੰਨਾ ਕੋਸਟ ਕੀਤਾ ਇੰਡੀਅਨ ਰੁਪੀਸ ਦੇ ਵਿੱਚ। ਇਮੀਗ੍ਰੇਸ਼ਨ ਕਲੀਅਰ ਹੋ ਗਈ। ਇਮੀਗ੍ਰੇਸ਼ਨ ਜਦ ਤੁਹਾਡਾ ਸਟੈਂਪ ਲਾਉਂਦੇ ਆ ਨਾ ਇੱਥੇ ਤੁਹਾਨੂੰ 5G ਸਿਮ ਮਿਲ ਜਾਂਦਾ ਇੱਦਾਂ ਦਾ, ਅਤੇ ਇਹ 5G ਸਿਮ ਇਹਦੇ ਵਿੱਚ 1 GB ਫਰੀ ਆ ਅਤੇ ਸਿਮ ਤਾਂ ਫਰੀ ਆਫ ਕੋਸਟ ਆ, ਤੁਸੀਂ ਕੁਛ ਨਹੀਂ ਪੇ ਕਰਨਾ ਹੁੰਦਾ ਇਹਦੇ 'ਚ। ਅਤੇ ਸਿਮ ਨੂੰ ਪਾਉਣ ਵਾਲੀ ਪਿੰਨ ਵੀ ਇਹਦੇ ਅੰਦਰ ਹੀ ਹੈ ਅਤੇ ਤੁਸੀਂ ਬਾਅਦ ਵਿੱਚ ਇਹਨੂੰ ਰੀਚਾਰਜ ਵੀ ਕਰ ਸਕਦੇ ਹੋ ਜਦ 1 GB ਖਤਮ ਹੋ ਜਾਂਦਾ। ਹੁਣ ਮੈਂ ਆਪਣੇ ਬੈਗੇਜ ਦੀ ਬੈਲਟ 'ਤੇ ਹਾਂ ਅਤੇ ਹੁਣ ਬੈਗ ਚੱਕ ਕੇ ਚੱਲਦੇ ਹਾਂ ਹੋਟਲ। ਹੋਟਲ ਚੱਲ ਕੇ ਦਿਖਾਊਂਗਾ ਕਿੱਦਾਂ ਦਾ ਸਾਡਾ ਹੋਟਲ ਹੈ ਅਤੇ ਕੀ ਅਮੈਨਿਟੀਜ਼ ਦੇ ਵਿੱਚ ਇਨਕਲੂਡਿਡ ਆ ਅਤੇ ਕਿੰਨਾ ਅਸੀਂ ਪੇ ਕੀਤਾ ਅਤੇ ਕਿਵੇਂ ਅਸੀਂ ਇਹ ਬੁੱਕ ਕੀਤਾ। ਸਭ ਤੋਂ ਪਹਿਲਾਂ ਚੱਕਦੇ ਹਾਂ ਬੈਗ, ਆਈ ਹੋਪ ਬੈਗ ਸਾਨੂੰ ਜਲਦੀ ਮਿਲ ਜੂਗਾ।
ਨਹੀਂ ਤਾਂ ਟੋਰਾਂਟੋ ਦੇ ਵਿੱਚ ਤਾਂ ਬਹੁਤ ਦੇਰ ਲੱਗ ਜਾਂਦੀ ਆ ਬੈਗ ਨੂੰ ਆਉਣ 'ਤੇ। ਮੇਰਾ ਹੀ ਆਏ ਨਹੀਂ, ਹਾਂ ਮੇਰਾ ਹੀ ਆਏ। ਨਹੀਂ ਨਹੀਂ ਮੇਰਾ ਨਹੀਂ, ਇੱਥੇ ਤਾਲਾ ਲੱਗਿਆ। ਉਹ ਸੀਗਾ ਮੇਰਾ, ਗਲਤ ਫੜਾ ਤਾ ਸੀ, ਛੋਟਾ ਹੋ ਗਿਆ। ਤੁਹਾਡਾ ਬੈਗ ਕਦੋਂ ਆਉਣਾ ਬਾਬਾ? ਬੈਗ ਵੀ ਟਾਈਮ ਦਾ ਹੀ ਮਿਲ ਗਏ ਅਤੇ ਦਾਰੂ ਦੀ ਦੁਕਾਨਾਂ ਤਾਂ ਹੁਣ ਬੰਦ ਹੋ ਗਈਆਂ, ਤਾਂ ਸਭ ਤੋਂ ਪਹਿਲਾਂ ਫਿਰ ਦਾਰੂ ਦੀ ਬੋਟਲ ਲਿੱਤੀ ਅਤੇ ਹੁਣ ਚੱਲੇ ਹਾਂ ਹੋਟਲ। ਅਤੇ ਪਾਰਕਿੰਗ ਇਹਦੇ ਵਿੱਚ ਹੀ ਏਅਰਪੋਰਟ 'ਤੇ, ਹੁਣ ਸਮਾਨ ਰੱਖ ਕੇ ਚੱਲੇ ਹਾਂ ਹੋਟਲ ਅਤੇ ਹੋਟਲ 'ਚ ਤੁਹਾਨੂੰ ਮਿਲਦਾ ਮੈਂ। ਹੋਟਲ 'ਚ ਤੁਹਾਨੂੰ ਦੱਸੂੰਗਾ ਕੱਲ੍ਹ ਮੈਂ ਤੁਹਾਨੂੰ ਕਿੱਥੇ ਕਿੱਥੇ ਘੁਮਾਊਂਗਾ ਅਤੇ ਕੀ ਚੀਜ਼ਾਂ ਹੋਊਗੀਆਂ ਹੋਟਲ ਦੇ ਰੂਮ ਦੇ ਵਿੱਚ ਅਤੇ ਕਿੱਥੋਂ ਅਸੀਂ ਬੁੱਕ ਕੀਤਾ, ਉਹ ਸਾਰੀ ਡਿਟੇਲ ਤੁਹਾਨੂੰ ਮੈਂ ਦੱਸਦਾ ਹੋਟਲ ਪਹੁੰਚ ਕੇ। ਅਤੇ ਫਿਲਹਾਲ ਕਰਦੇ ਹਾਂ ਲੋਡ ਸਮਾਨ ਕਾਰ ਦੇ ਵਿੱਚ। ਅਤੇ ਜਦ ਇੰਸ਼ੋਰੈਂਸ ਲਈ ਭੇਜੀ ਉਹ ਕਹਿੰਦੇ ਤੁਸੀਂ ਸੇਮ ਗੱਡੀ ਸਾਡੇ ਤੋਂ ਲੈ ਲਓ ਜਦ ਤੱਕ ਤੁਹਾਡੀ ਠੀਕ ਨਹੀਂ ਹੁੰਦੀ। ਇੰਡੀਆ 'ਚ ਵੀ ਤਾਂ ਹੁੰਦਾ, ਕੈਨੇਡਾ 'ਚ ਵੀ ਹੁੰਦਾ, ਉਹ ਤਾਂ ਤੰਗ ਕਰ ਦਿੰਦੇ ਆ। ਤੁਸੀਂ ਵਰਕਸ਼ਾਪ ਗੱਡੀ ਖੜੀ ਕਰੋ ਤੇ ਲੈ ਲਓ ਨਾ ਜਿੰਨੇ ਦਿਨ ਰਿਪੇਅਰ ਨਹੀਂ ਹੋਣੀ। ਅੱਛਾ, ਕੋਈ ਨਾ ਤੰਗ ਨਹੀਂ। ਉਹ ਸਾਹਮਣੇ ਹੀ ਆ ਪੁਲਿਸ ਖਲੀਫਾ ਮਿਲਦਾ ਤਾਂ ਇਹ ਨਹੀਂ ਹੈ ਜੀ, ਇਹ ਤੁਹਾਡੇ ਰਾਈਟ ਹੈਂਡ ਸਾਈਡ ਤੇ ਪਏਗਾ ਥੋੜੀ ਦੇਰ। ਇਹ ਤਾਂ ਉਹ ਛੋਟੀ ਜੀ ਬਿਲਡਿੰਗ ਆ, ਇਹ ਤਾਂ ਆਮ ਤੌਰ ਤੇ ਇਹ ਨਹੀਂ ਹੈ। ਆ ਹੀ ਲੋਰੀ ਆ ਸੱਜੇ ਹੱਥੇ ਦੇਖੋਗੇ ਪੀਲੀ ਜੀ ਲਾਈਟਾਂ ਵਾਲਾ ਗੁੰਬਦ ਹੈ ਪਿਰਾਮਿਡ ਜਿਹਾ, ਉਹ ਤੁਹਾਡਾ ਹੋਟਲ ਹੈ। ਨਹੀਂ ਬੁਰਜ ਖਲੀਫਾ ਆ ਰਿਹਾ ਹੋਟਲ ਦੇ ਨਾਲ ਹੀ, ਬੁਰਜ ਖਲੀਫਾ ਤਾਂ ਦਿਖ ਰਿਹਾ ਨਾ ਆਪਾਂ ਨੂੰ, ਉਹ ਜਿਹੜੀ ਪੀਲੀ ਜੀ ਲਾਈਟ ਆ। ਜੇ ਨਹੀਂ ਦੋਗੇ ਕ੍ਰੈਡਿਟ ਸਕੋਰ ਗਿਆ ਹਨਾ, ਇੱਥੇ ਜੁਰਮਾਨਾ ਮੋਟਾ ਲਾ ਦਿੰਦੇ ਆ ਕ੍ਰੈਡਿਟ ਕੋ, ਇਹ ਇੱਥੇ ਇੱਕੋ ਹੀ ਇਲਾਜ ਆ ਹਰ ਚੀਜ਼ ਦਾ, ਜੁਰਮਾਨਾ ਮੋਟਾ ਜੁਰਮਾਨਾ। ਨਹੀਂ ਆ ਔਰ ਜਿਹੜੀ ਪਤਲੀ ਜੀ ਲਾਈਨ ਦਿਖ ਰਹੀ ਨਾ ਸਾਹਮਣੇ ਚਿੱਟੀ ਜੀ ਲਾਈਟਾਂ ਚੱਲ ਰਹੀਆਂ ਬੁਰਜ ਖਲੀਫਾ। ਆ ਮਿਊਜ਼ੀਅਮ ਆਫ ਫਿਊਚਰ ਹੈ ਜੀ, ਕੱਲ ਜਾਵਾਂਗੇ ਇੱਥੇ। ਇਹ ਉਦੋਂ ਨਹੀਂ ਬਣਿਆ ਸੀ ਜਦ ਮੈਂ ਆਇਆ ਸੀ, ਦੇਖ ਰਹੀ ਸੀ ਕਿ ਟੀਵੀ ਤੇ ਆ ਮੈਨੂੰ ਬੜਾ ਸੋਹਣਾ ਲੱਗਦਾ। ਇਹ ਸਾਰੇ ਦੇਖੋ ਅਰਬੀ ਦੇ ਇਹਨਾਂ ਨੇ ਲੱਗ ਸੋਹਣਾ ਲੱਗਦਾ ਹੈ, ਊੜਾ ਆੜਾ ਲਿਖਿਆ ਸਾਰਾ ਇਸ ਤੇ ਬਿਲਡਿੰਗ ਤੇ ਅਰਬੀ ਦੇ। ਠੀਕ ਹੈ ਜੀ, ਆ ਬਿਲਡਿੰਗ ਜਿਹੜੀ ਬਾਹਰ ਲਿਖੀ ਹੋਈ ਹੈ ਨਾ ਜਿਹੜੀ ਤੁਸੀਂ ਕਰ ਲਿਖੀ ਹੈ, ਇਹ ਸਾਰੀ ਅਰਬੀ ਦੇ ਲਿਖੀ ਹੈ ਊੜਾ ਆੜਾ, ਮਤਲਬ ਇਹਨਾਂ ਨੇ ਆਪਣੇ ਅਰਬੀ ਦੇ ਲਿਖੇ ਆ ਅੱਖਰ ਸਾਰੇ। ਇਹ ਹੋਟਲ ਹੈਗਾ ਗੁਵੇਰਾ।
ਤੇ ਇਹ ਬੁਰਜ ਖਲੀਫਾ ਦੇ ਸਾਹਮਣੇ ਹੀ ਆ ਤੇ ਇੱਥੇ ਇਹਨਾਂ ਨੇ ਇੱਕ ਤੁਹਾਨੂੰ ਪ੍ਰਾਈਵੇਟ ਕਿਚਨ ਦਿੱਤੀ ਹੈ ਜਿੱਥੇ ਤੁਸੀਂ ਕੁਛ ਵੀ ਕੁੱਕ ਕਰ ਸਕਦੇ ਹੋ ਨਾਲ ਤੁਹਾਨੂੰ ਵਾਸ਼ਿੰਗ ਮਸ਼ੀਨ ਮਿਲੀ ਹੋਈ ਹੈ ਤੇ ਥੋੜੇ ਕੱਬੋਰਡ ਵਗੈਰਾ ਨੇ ਤੇ ਚਿਮਨੀ ਵੀ ਅੰਦਰ ਹੈਗੀ ਆ ਤੇ ਇਹਦੇ ਅੰਦਰ ਦੋ ਬੈਡਰੂਮ ਨੇ ਇੱਕ ਵੱਡਾ ਬੈਡਰੂਮ ਮਾਸਟਰ ਬੈਡਰੂਮ ਤੈਨੂੰ ਕਹਿ ਦਿੰਦੇ ਆਪਾਂ ਤੇ ਇੱਕ ਲੈਪਟੋਪ ਟੇਬਲ ਤੇ ਆ ਸ਼ੂਜ਼ ਰੱਖਣ ਨੂੰ ਸੋਫਾ ਕੰਫਰਟੇਬਲ ਆ ਤੁਹਾਡਾ ਬਹੁਤ ਕੰਫਰਟੇਬਲ ਆ ਤੇ ਸਾਹਮਣੇ ਇਹਦੇ ਟੀਵੀ ਲੱਗਿਆ ਹੋਇਆ ਤੇ ਇਹਦੇ ਵਿੱਚ ਸਾਹਮਣੇ ਆ ਸੋਫਾ ਇੱਥੇ ਔਰ ਇਹਦੇ ਸਾਹਮਣੇ ਟੀਵੀ ਲੱਗਿਆ ਬਿਲਕੁਲ ਸਾਹਮਣੇ ਟੀਵੀ ਆ ਤੇ ਨਾਲ ਚੇਅਰ ਆ ਤੇ ਦੋ ਵੱਡੇ ਲੈਂਪਸ ਨੇ ਤੇ ਸਭ ਤੋਂ ਅੱਛੀ ਚੀਜ਼ ਹੋਟਲ ਦੀ ਹੈਗੀ ਹੈ ਇੱਥੇ ਮੈਟਿੰਗ ਬਹੁਤ ਸੋਹਣੀ ਹੈ ਅਤੇ ਜੇ ਤੁਸੀਂ ਬਾਹਰ ਫਲੋਰ 'ਤੇ ਵੀ ਜਾਓਗੇ ਤਾਂ ਫਲੋਰ 'ਤੇ ਵੀ ਮੈਟ ਲੱਗੇ ਹੋਏ ਨੇ ਟੋਟਲ ਇਹਦੇ 41 ਫਲੋਰਸ ਨੇ ਅਤੇ ਇਹ ਜਿਹੜਾ ਰੂਮ ਹੈਗਾ ਵਾ ਉਹ 25th ਫਲੋਰ 'ਤੇ ਆ ਅਤੇ ਹੁਣ ਤੁਹਾਨੂੰ ਆਹ ਖੋਲ੍ਹ ਕੇ ਵੀ ਦਿਖਾਊਂਗਾ ਇੱਥੋਂ ਵੀ ਬਹੁਤ ਵਧੀਆ ਵਿਊ ਆਏਗਾ ਇਹਦਾ ਅਤੇ ਖੁੱਲ੍ਹਣਾ ਪਏਗਾ ਤੇ ਪਹਿਲਾਂ ਮੈਂ ਅੰਦਰ ਦਿਖਾਉਂਦਾ ਫਿਰ ਤੁਹਾਨੂੰ ਇਹ ਵੀ ਖੋਲ੍ਹ ਕੇ ਦਿਖਾਊਂਗਾ ਅਤੇ ਇਹ ਅੰਦਰ ਦਾ ਬੈਡਰੂਮ ਆ ਅਤੇ ਕਾਫੀ ਕੋਜ਼ੀ ਇਹਨਾਂ ਦੇ ਮੈਟਰਸ ਨੇ ਅਤੇ ਇੱਕ ਟੀ ਵੀ ਅੰਦਰ ਹੈ ਇੱਥੋਂ ਪੂਰਾ ਸਿਟੀ ਦਾ ਵਿਊ ਆਉਂਦਾ ਇੱਥੋਂ ਪੂਰਾ ਵਿਊ ਆਉਂਦਾ ਇੱਥੋਂ ਦਾ ਸਿਟੀ ਦਾ ਆਈ ਹੋਪ ਇੱਥੋਂ ਤੁਸੀਂ ਬੁਰਜ ਖਲੀਫਾ ਵੀ ਦੇਖ ਸਕਦੇ ਹੋ ਬੁਰਜ ਖਲੀਫਾ ਬਿਲਡਿੰਗ ਤੋਂ ਤਾਂ ਇਹ ਹੋਟਲ ਜ਼ਰੂਰ ਦਿਖਦਾ ਮੈਂ 2018 ਵਿੱਚ ਆਇਆ ਸੀਗਾ ਲਾਸਟ ਟਾਈਮ ਅਤੇ ਉਦੋਂ ਮੈਂ ਯੂਟਿਊਬ ਵੀਡੀਓਜ਼ ਨਹੀਂ ਬਣਾਉਂਦਾ ਸੀਗਾ ਪਰ 2018 ਦੇ ਵਿੱਚ ਵੀ ਮੈਂ ਅਰਾਊਂਡ 18-19-20 ਤੱਕ ਮੈਂ ਅਰਾਊਂਡ 10 ਕੰਟਰੀਜ਼ ਘੁੰਮ ਲਏ ਸੀ ਅਤੇ ਹੁਣ ਅਰਾਊਂਡ 15 ਪਲੱਸ ਕੰਟਰੀਜ਼ ਹੋ ਗਏ ਅਤੇ ਤੁਹਾਡਾ ਇਹ ਦੂਸਰਾ ਕੰਟਰੀ ਹੈ ਨਾ ਤੀਸਰਾ ਹੁਣ ਕੈਨੇਡਾ ਤੀਸਰਾ ਹੋਊਗਾ ਹੁਣ ਕੈਨੇਡਾ ਤੇ ਬਾਹਰ ਦਾ ਵਿਊ ਵੀ ਇਹਦਾ ਬਹੁਤ ਅੱਛਾ ਵਾ ਬੜਾ ਲਗਜ਼ਰੀ ਹੋਟਲ ਹੈ ਔਰ ਬੜੀ ਅੱਛੀ ਜਿਹੜੀ ਆ ਇੱਥੇ ਮਤਲਬ ਕੰਫਰਟੇਬਲ ਆਪਣੇ ਆਪ ਨੂੰ ਅਸੀਂ ਇੱਥੇ ਆ ਕੇ ਸਮਝਦੇ ਤੇ ਦੂਜੀ ਸਭ ਤੋਂ ਮੇਨ ਗੱਲ ਇੱਥੇ ਹਿੰਦੀ ਚੱਲਦੀ ਆ ਕਿਉਂਕਿ ਸਾਰੇ ਜ਼ਿਆਦਾਤਰ ਇੰਡੀਆ ਪਾਕਿਸਤਾਨ 24 ਆਵਰ ਫੂਡ ਚੱਲ ਰਿਹਾ 24 ਆਵਰ ਫੂਡ ਆ ਤੇ ਇਹ ਡਾਊਨਟਾਊਨ ਏਰੀਆ ਆ ਦੁਬਈ ਦਾ ਤੇ ਇਹਦੇ ਨਾਲ ਹੀ ਵੈਂਡੀਜ਼ ਆ ਇਹਦੇ ਨਾਲ ਹੀ ਸਾਰੇ ਵੱਡੇ ਰੈਸਟੋਰੈਂਟ ਆ ਪਲੱਸ ਜਿਹੜਾ ਇਹ ਗੁਬੇਰਾ ਹੋਟਲ ਹੈ ਗੁਬੇਰਾ ਹੋਟਲ ਆ ਇਹ ਇਹਦੇ ਵਿੱਚ ਤੁਸੀਂ 24 ਆਵਰਸ ਆਰਡਰ ਕਰ ਸਕਦੇ ਹੋ ਫੂਡ ਅਤੇ ਇੱਥੇ ਜਿਹੜਾ ਮੇਨ ਹਾਈਵੇ ਆਪਣਾ ਉਹ ਹਾਈਵੇ ਦਾ ਵੀ ਵਿਊ ਆ ਰਿਹਾ ਨਾਲ ਗੱਡੀਆਂ ਚੱਲ ਰਹੀਆਂ ਨੇ ਅਤੇ ਆਹ ਸੀਗਾ ਦੁਬਈ ਸਿਟੀ ਇੱਥੋਂ ਤਾਂ ਨਹੀਂ ਆ ਰਿਹਾ ਵਿਊ ਬੁਰਜ ਖਲੀਫਾ ਦਾ ਹੋਰ ਤੁਸੀਂ ਜਾਓਗੇ ਕੱਲ੍ਹ ਬੁਰਜ ਖਲੀਫਾ ਬਿਲਕੁਲ ਕੱਲ੍ਹ ਅਸੀਂ ਬੁਰਜ ਖਲੀਫਾ ਜਾਵਾਂਗੇ ਔਰ ਨਾਲ ਹੀ ਦੋ ਤਿੰਨ ਹੋਰ ਵਧੀਆ ਚੀਜ਼ਾਂ ਨੇ ਨਾਲ ਮੌਲ ਹੈ ਮੌਲ ਦੇ ਨਾਲ ਇੱਕ ਬੜਾ ਸੋਹਣਾ ਜਿਹੜਾ ਪਾਰਕ ਹੈ ਮਿਊਜ਼ੀਕਲ ਪਾਰਕ ਹੈਗਾ ਤੇ ਇੱਕ ਹੋਰ ਚੀਜ਼ ਆ ਮਰੀਨਾ ਬੀਚ ਤੇ ਇਹ ਹੋਟਲ ਦਾ ਟੋਟਲ ਕੋਸਟ ਸੀਗਾ 4000 ਇੰਡੀਅਨ ਤੇ ਇਹਨੂੰ ਅਸੀਂ ਬੁੱਕ ਕੀਤਾ ਸੀ ਮੇਕ ਮਾਈ ਟ੍ਰਿਪ ਤੇ ਤੇ ਜੇ ਤੁਸੀਂ ਇਹਨੂੰ ਬੁੱਕ ਕਰਨਾ ਤਾਂ ਤੁਸੀਂ ਮੇਕ ਮਾਈ ਟ੍ਰਿਪ ਤੇ ਬੁੱਕ ਕਰ ਸਕਦੇ ਹੋ ਤੇ ਵੀਜ਼ਾ ਦੀ ਕੋਸਟ ਪਈ ਸੀ ਸਾਨੂੰ 6700 ਦਾ ਸਾਨੂੰ ਵੀਜ਼ਾ ਪਿਆ ਸੀਗਾ ਤੇ ਫਲਾਈਟ ਸਾਨੂੰ ਪਈਆਂ ਸੀਗੀਆਂ ਰਿਟਰਨ 34000 ਦੀਆਂ ਪਰ ਹੈਡ ਮਤਲਬ
ਪਰ ਟਿਕਟ ਸਾਨੂੰ 34,000 ਦੀ ਪਈ ਸੀ ਅਤੇ 3 ਅਲੱਗ ਅਲੱਗ ਅਸੀਂ ਰਿਟਰਨ ਟਿਕਟਸ ਲਈਆਂ ਸੀਗੀਆਂ ਆਉਣ ਜਾਣ ਦੀਆਂ ਅਤੇ ਇਹ ਟੋਟਲ ਐਕਸਪੈਂਸ ਸੀਗਾ ਅਤੇ 4,000 ਦਾ ਤੁਹਾਡਾ ਹੋਟਲ ਹੈ। ਹੋਟਲ ਤੁਸੀਂ ਕਿੰਨਾ ਲੈਣਾ, ਕਿੰਨਾ ਮਹਿੰਗਾ ਲੈਣਾ ਜਾਂ ਕਿੰਨਾ ਸਸਤਾ ਲੈਣਾ ਟੋਟਲੀ ਤੁਹਾਡੇ 'ਤੇ ਡਿਪੈਂਡ ਕਰਦਾ। ਲੈਣ ਨੂੰ ਤੁਸੀਂ 1,000 ਇੰਡੀਅਨ ਰੁਪੀਸ ਦਾ ਵੀ ਆਉਂਦਾ ਅਤੇ ਲੈਣ ਨੂੰ ਇੱਥੇ 2,00,000 ਰੁਪਇਆ ਪਰ ਨਾਈਟ ਦਾ ਵੀ ਆਉਂਦਾ, 2,00,000 ਤੋਂ 12,00,000 ਤੁਹਾਡੇ 'ਤੇ ਡਿਪੈਂਡ ਕਰਦਾ ਕਿ ਤੁਸੀਂ ਕਿੰਨਾ ਲਗਜ਼ਰੀ ਹੋਟਲ ਲੈਣਾ। ਅਤੇ ਇਹ ਸੀਗਾ ਅੱਜ ਦਾ ਵਲੋਗ ਅਤੇ ਕੱਲ੍ਹ ਦੇ ਵਲੋਗ ਦੇ ਵਿੱਚ ਸਾਨੂੰ ਦਿਖਾਉਂਦੇ ਹਾਂ ਬਾਹਰਲਾ ਸੀਨ ਵੀ ਬਹੁਤ ਅੱਛਾ ਵਾ, ਲਾਈਟਿੰਗ ਔਰ ਪੂਰੀ ਬਾਹਰ ਮਾਰਕੀਟ ਦਿਖਦੀ ਹੈ, ਮੇ ਬੀ ਬੁਰਜ ਖਲੀਫਾ ਵੀ ਬਾਹਰੋਂ ਸ਼ਾਇਦ ਦਿਖਦਾ ਹੈ। ਹਾਂਜੀ ਬਿਲਡਿੰਗ ਦੇ ਬਾਹਰੋਂ ਦਿਖਦਾ ਹੋਊਗਾ ਪਰ ਸਾਡੇ ਵਿੰਡੋ ਤੇ ਵਿਊ ਨਹੀਂ ਹੈਗਾ, ਬਾਹਰ ਸਾਈਡ ਜਾ ਕੇ ਦਿਖਾਵਾਂਗੇ ਜਿੰਨੀ ਮਾਰਕੀਟ ਬਾਹਰੋਂ ਦਿਖਦੀ ਪਈ ਆ। ਹਾਂਜੀ ਤੇ ਹੁਣ ਡਿਨਰ ਕਰਨ ਜਾਵਾਂਗੇ ਤੇ ਦਿਖਾਵਾਂਗੇ ਤੁਹਾਨੂੰ ਕਿ ਬਾਹਰੋਂ ਕਿੱਦਾਂ ਦਾ ਵਾ। ਤੇ ਜੇ ਤੁਸੀਂ ਜਾਣਾ ਵਾ ਦੁਬਈ ਤਾਂ ਮੇਕ ਸ਼ੋਰ ਕਰਿਓ ਤੁਸੀਂ ਆਪਣਾ ਵੀਜ਼ਾ ਵਗੈਰਾ ਮੇਕ ਮਾਈ ਟ੍ਰਿਪ 'ਤੇ ਲਗਾ ਸਕਦੇ ਹੋ। ਵੀਜ਼ਾ ਤੋਂ ਲੈ ਕੇ ਹੋਟਲ ਬੁਕਿੰਗ ਤੋਂ ਲੈ ਕੇ ਸਾਰਾ ਫਲਾਈਟਸ ਵਗੈਰਾ ਮੇਕ ਮਾਈ ਟ੍ਰਿਪ 'ਤੇ ਹੀ ਬੁੱਕ ਹੋ ਜਾਂਦੀਆਂ ਅਤੇ ਤੁਹਾਨੂੰ ਕਿਸੇ ਏਜੰਟ 'ਤੇ ਡਿਪੈਂਡ ਹੋਣ ਦੀ ਲੋੜ ਨਹੀਂ ਪੈਂਦੀ। ਮੇਕ ਮਾਈ ਟ੍ਰਿਪ 'ਤੇ ਅੱਜ ਤੁਸੀਂ ਵੀਜ਼ਾ ਲਗਾਓਗੇ ਤਾਂ ਨੈਕਸਟ ਬਿਜ਼ਨਸ ਡੇ ਦੇ ਵਿੱਚ ਤੁਹਾਡਾ ਵੀਜ਼ਾ ਤੁਹਾਨੂੰ ਈਮੇਲ 'ਤੇ ਆ ਜਾਂਦਾ। ਅਤੇ ਹੁਣ ਚੱਲਦੇ ਹਾਂ ਕੁਛ ਖਾਣ ਅਤੇ ਦੇਖਦੇ ਹਾਂ ਕਿੰਨਾ ਐਕਸਪੈਂਸਿਵ ਹੈਗਾ ਦੁਬਈ ਖਾਣ ਪੀਣ ਦੇ ਮਾਮਲੇ ਵਿੱਚ।